और रिम्पी फिर शम्मी ने प्लाट ले लिया। हाँ जी मम्मी प्लाट ले लिया। चलो बहुत चंगा दिता सी, बहुत ही वधिया हो गया। हाँ जी होर कोई पिछो आया गया कोई? पिछो बस मासी जी आए जी, मम्मी नहीं आई। तबीयत खराब हो गई, बड़ी बीपी लो हो गया, कुदरती फोन आ गया, फिर बड़ा गुस्से हो सवेरे आ गई। अगो मेनू ले लिया जे इथो, मेनू बिठा देंगे बस से, बोलना सी उन्होंने इनी गर्मी आंदे नहीं पई घरे। ਹੋਰ ਸਾਰਾ ਛੱਡੋ, ਤੁਸੀਂ ਦੱਸੋ ਮੈਨੂੰ ਯਾਦ ਕੀਤਾ ਕਿ ਨਹੀਂ ਮੇਰੇ ਪੁੱਤ ਨੇ? ਬਹੁਤ ਜ਼ਿਆਦਾ ਮੰਮੀ, ਬਹੁਤ ਜ਼ਿਆਦਾ। ਤੁਸੀਂ ਆ ਗਏ ਨਾ, ਹੁਣ ਟੈਨਸ਼ਨ ਫ੍ਰੀ ਆ ਮੈਂ। ਹੋਰ ਬੇਟਾ ਕਾਰੋਬਾਰ ਬਿਜ਼ਨਸ ਸਹੀ ਚੱਲਿਆ ਪਿੱਛੋਂ? ਮੰਮੀ ਬਿਜ਼ਨਸ ਸਹੀ ਸੀ ਪਰ ਤੁਹਾਡਾ ਮੁੰਡਾ ਨਹੀਂ ਸਹੀ ਪਿੱਛੋਂ, ਕਿਉਂਕਿ ਜਾਂਦੇ ਨਹੀਂ ਰਹੇ ਆਫਿਸ, ਮੈਨੂੰ ਭੇਜਦੇ ਆ ਘਰ ਸੁੱਤੇ ਰਹਿੰਦੇ ਸੀ, ਬੜੀ ਕਲੇਸ਼ ਹੋਈ ਜੀ ਮੇਰੀ ਮਗਰੋਂ। ਕਿਉਂ ਸੁੱਤਾ ਕਿਉਂ ਰਹਿੰਦਾ ਸੀ ਘਰ? ਇਹ ਉਹਨਾਂ ਨੂੰ ਪੁੱਛਣਾ ਫਿਰ ਕਿਉਂ ਸੁੱਤੇ ਰਹਿੰਦੇ ਸੀ। ਬਸ ਮੰਮੀ ਸਾਡਾ ਆਰਾਮ ਹੋ ਗਿਆ ਸੀ ਪਿੱਛੋਂ। ਉਹ ਕਿਉਂ? ਜਰਾ ਕਾ ਭਾਜੀ ਨੇ ਫੋਨ ਕਰਨਾ ਤੇ ਨਾਲੇ ਉਹਦਾ ਚੱਲ ਜਾਣਾ, ਉਹਨਾਂ ਨੇ ਟਿੱਪੀ ਮੇਲ ਲੈਣੀ। ਇਹ ਨਹੀਂ ਪਤਾ ਮੇਰਾ ਬਿਜ਼ਨਸ ਖਰਾਬ ਹੁੰਦਾ ਪਿਆ, ਘਰ ਦੇਖਣਾ ਆਫਿਸ ਦੇਖਣਾ, ਪਰ ਨਾ ਕਦੀ ਉਹਨਾਂ ਕਿਤੇ ਘੁੰਮਣ ਚੱਲ ਜਾਂਦੇ, ਕਦੀ ਕਿਤੇ ਚੱਲ ਜਾਂਦੇ। ਉਹ ਸ਼ਾਇਦ ਹੋ ਸਕਦਾ ਉਹਨੂੰ ਕੋਈ ਕੰਮ ਹੋਏਗਾ ਆਪਣੇ ਰਿੰਪੀ। ਮੰਮੀ ਰੋਜ਼ ਕਿਹੜਾ ਕੰਮ ਹੁੰਦਾ ਬੰਦੇ ਨੂੰ, ਇੱਥੇ ਤੱਕ ਮੈਨੂੰ ਨਹੀਂ ਦੱਸਦੇ ਸੀ ਕਿ ਮੈਂ ਅਮਨ ਭਾਈ ਨਾਲ ਚੱਲਣਾ ਅੱਜ। ਕੋਈ ਉਹ ਕੰਮ ਹੀ ਹੋਣਾ ਤਾਂ ਹੀ ਉਹਦੇ ਨਾਲ ਗੱਲ ਕਰਦਾ ਹੋਣਾ, ਬਾਕੀ ਦੂਜੀ ਕਰ ਰਹੀ ਹੋਵੇ ਮੈਂ ਹੁਣੇ ਆਪਦੇ ਮਤਲਬ ਗੱਲ ਕਰਕੇ ਉਹਨੂੰ ਕੁਛ ਨਹੀਂ ਆ। ਚਲੋ ਕੰਮ ਤਾਂ ਠੀਕ ਆ ਪਰ ਆਪਣਾ ਨਹੀਂ ਕੰਮ ਦਿਸਦਾ, ਆਪਣਾ ਕੰਮ ਹੀ ਪਿੱਛੋਂ ਖਰਾਬ ਹੁੰਦਾ। ਤੇ ਤੁਸੀਂ ਇਕੱਲੇ ਜਾਂਦੇ ਸੀਗੇ? ਮੈਂ ਇਕੱਲੀ ਜਾਂਦੀ, ਇਕੱਲੀ ਆਉਂਦੀ ਸੀ। ਚਲੋ ਕੋਈ ਗੱਲ ਨਹੀਂ, ਮੈਂ ਉਹਨੂੰ ਪੁੱਛਾਂਗੀ ਆਪਣਾ ਕੰਮ ਜਿਹੜਾ ਉਹਨੇ ਇੱਕਦਮ ਛੱਡਿਆ, ਕੀ ਗੱਲ ਹੈ ਕੀ ਵਜ੍ਹਾ ਹੈ? ਤੂੰ ਇਹ ਗੱਲਾਂ ਛੱਡ ਤੇ ਮੈਂ ਹੁਣ ਥੋੜੀ ਦੇਰ ਤੱਕ ਰੁਕ ਕੇ ਸ਼ਮੀ ਦੇ ਘਰ ਜਾਣਾ ਹੈ, ਤੂੰ ਜਾਣਾ ਨਾਲ? ਉਹਨੇ ਪਲਾਟ ਲਿੱਤਾ, ਉਹਨੂੰ ਵਧਾਈ ਦੇਣ ਜਾਣਾ ਬੇਟਾ। ਮੰਮੀ ਮੈਂ ਅਸੀਂ ਹੋਏ ਸੀ ਕੱਲ ਤੇ ਨਾਲ ਤੇ ਥੱਕੇ ਆਏ ਹੋ, ਠੀਕ ਤੁਸੀਂ ਨਹੀਂ ਹੈਗੇ। ਉਹ ਕੋਈ ਗੱਲ ਨਹੀਂ, ਇਹਨੀਆਂ ਥਕਾਵਟਾਂ ਚਲਦੀਆਂ ਰਹਿੰਦੀਆਂ ਨੇ। ਕੋਈ ਨਹੀਂ ਤੁਸੀਂ ਕੱਲ ਚੱਲ ਜਿਓ, ਅੱਜ ਨਹੀਂ ਜਾਣਾ ਕਿਤੇ, ਅੱਜ ਰੈਸਟ ਕਰੋ। ਨਹੀਂ ਨਹੀਂ ਬੇਟੇ ਅੱਜ ਹੀ ਜਾਣਾ ਬੱਚੇ, ਦੇਖ ਰੱਬ ਨੇ ਉਹਦੀ ਕਿੰਨੀ ਸੁਣੀ, ਵਾਹਿਗੁਰੂ ਨੇ ਉਹਦੀ। ਕਿਰਾਏ ਦੀਆਂ ਦੁਕਾਨਾਂ ਸਨ, ਉਹਨੇ ਆਪਣੀਆਂ ਖਰੀਦ ਲਈਆਂ ਨੇ, ਆਟੋ ਵੀ ਪਾ ਲਏ ਨੇ, ਕਮਾਈ ਦਾ ਜ਼ਰੀਆ ਵਧਿਆ ਹੀ ਇਹਨਾਂ ਦਾ। ਸਾਡੀ ਧੀ ਆਪਣੇ ਘਰ ਖੁਸ਼ ਰਹੇਗੀ, ਸਾਰਾ ਕੁਛ ਸਹੀ ਰਹੇਗਾ, ਤੇ ਸਾਨੂੰ ਹੀ ਚਾਹ ਹੈ ਨਾ ਕਿ ਸਾਡੀ ਧੀ ਖੁਸ਼ ਹੈ ਆਪਣੇ ਘਰ। ਉਹ ਤੇ ਗੱਲ ਮੰਮੀ ਮੈਂ ਤੁਹਾਡੀ ਮੰਨਦੀ ਹਾਂ, ਜੇ ਤੁਸੀਂ ਘਰ ਅੱਜ ਵੀ ਨਾ ਆਉਂਦੇ ਫਿਰ ਤੁਸੀਂ ਕੱਲ ਜਾਣਾ ਸੀ ਨੇ, ਅੱਜ ਕਿਤੇ ਜਾਣਾ, ਅੱਜ ਰੈਸਟ ਕਰੋ, ਕੱਲ ਜਾਣਾ। ਮੈਂ ਤੇ ਪੁੱਤਰ ਉੱਥੇ ਸੁਣਿਆ ਨਾ ਜਦੋਂ ਸ਼ਮੀ ਨੇ ਕਹੀ, ਮੈਂ ਤੇ ਚਾਹ ਮੇਰੇ ਘਰ ਨੂੰ ਆਪ ਕਾਲੀ ਸਾਂ ਕਿ ਮੈਂ ਫਟਾਫਟ ਘਰ ਜਾਵਾਂ ਤੇ ਮੈਂ ਕੁੜੀ ਕੋਲ ਪਹੁੰਚਾਂ। ਕੋਈ ਗੱਲ ਨਹੀਂ, ਮੈਨੂੰ ਕੋਈ ਬਿਮਾਰ ਨਹੀਂ, ਮੈਂ ਇੰਨੀ ਹੋਈ, ਮੈਂ ਹੁਣ ਠੀਕ ਹਾਂ। ਮੈਂ ਜਾ ਕੇ ਇੱਕ ਵਾਰੀ ਉਹਨੂੰ ਮਿਲ ਵੀ ਆਵਾਂ, ਉਹਨੇ ਕਹਿਣਾ ਮਾਂ ਆਈ ਤੇ ਮਿਲਣ ਵੀ ਨਹੀਂ ਆਈ ਮੈਨੂੰ, ਤੇ ਮੈਂ ਉਹਨੂੰ ਇੱਕ ਵਾਰੀ ਸ਼ਾਮੀ ਜਾ ਕੇ ਮਿਲ ਵੀ ਆਵਾਂ। ਤੁਸੀਂ ਜਾਣਾ ਤੇ ਨਾਲ ਚੱਲੋ। ਅਸੀਂ ਮੰਮੀ ਕੱਲ੍ਹ ਹੋਏ ਸੀ, ਤੁਹਾਨੂੰ ਦੱਸਣ ਨੂੰ ਨਹੀਂ ਆ। ਤੇ ਫਿਰ ਅੱਜ ਵੀ ਚਲੇ ਚਲੋ, ਅੱਜ ਕੀ ਹੋ ਗਿਆ? ਵੇਖ ਰਿੰਪੀ, ਮੈਂ ਤੇ ਜਾਣਾ ਧੀ ਨੂੰ ਮਿਲਣ, ਔਰ ਉਹ ਵੀ ਇੰਤਜ਼ਾਰ ਕਰਦੀ ਹੋਣੀ ਕਿਉਂਕਿ ਉਹਨੂੰ ਪਤਾ ਤਾਂ ਲੱਗ ਗਿਆ ਕਿ ਮਾਂ ਮੇਰੀ ਆ ਗਈ ਹੈ। ਤੇ ਬਾਕੀ ਜੇ ਤੁਸੀਂ ਜਾਣਾ ਤਾਂ ਤੁਹਾਡੀ ਮਰਜ਼ੀ, ਜੇ ਨਹੀਂ ਜੇ ਜਾਣਾ ਤਾਂ ਤੁਹਾਡੀ ਮਰਜ਼ੀ। ਮੈਂ ਤੇ ਜਾਣਾ ਜੀ ਸ਼ਾਮੀ, ਮੈਂ ਹੁਣੇ ਸਾਜ ਨੂੰ ਫੋਨ ਕਰਦੀ, ਮੈਂ ਉਹਦੇ ਨਾਂ ਨੂੰ ਲਵਾਂ, ਤਿਆਰ ਹੋ ਜਾਵਾਂ, ਤੇ ਇੰਨੇ ਨੂੰ ਮੁੰਡਾ ਆ ਜਾਂਦਾ ਤੇ ਬਾਕੀ ਫਿਰ ਗੱਲਾਂ ਮੈਂ ਸਾਰੀਆਂ ਬਹਿ ਕੇ ਕਰਾਂਗੀ ਤੁਹਾਡੇ ਨਾਲ। ਇਹ ਬੁੱਢੀ ਨੇ ਨਹੀਂ ਹਟਣਾ, ਕਿੱਡੀ ਉਤਾਵਲੀ ਧੀ ਨੂੰ ਮਿਲਣ ਵਾਸਤੇ, ਚਾਰ ਦਿਨ ਹੋਰ ਟਿਕ ਜਾਂਦੀ ਪਰ ਨਾ ਉਹਨੂੰ ਤਾਂ ਮਿਲਣ ਜਾਣਾ ਹੀ ਇਹਨੇ। ਇਹ ਨੀ ਪਤਾ ਘਰ ਦੇ ਕੰਮ ਪੁੱਛ ਲਾ ਕੋਈ ਕਰਨ ਵਾਲਾ ਤਾਂ ਨਹੀਂ, ਪਰ ਧੀ ਪਹਿਲਾਂ ਜ਼ਰੂਰੀ ਹੈ, ਮਿਲ ਲਾਵਾਂ ਉਹਨੂੰ, ਵਧਾਈ ਦੇਵਾਂ ਵੱਡੀ। ਹੋਰ ਸੁਣਾਓ ਠੀਕ ਜੇ? ਹੁਣ ਤਬੀਅਤ ਠੀਕ ਹੁਣ ਤੁਹਾਡੀ? ਤੁਸੀਂ ਵਾਹਵਾ ਟਾਈਮ ਲਾਏ ਉੱਥੇ, ਪਤਾ ਨੀ ਨਾਨਕੇ ਕੀ ਵੇਖਦਾ ਤੁਹਾਨੂੰ। ਕਿੰਨੇ ਦਿਨਾਂ ਬਾਅਦ ਮੈਂ ਆਪਣੇ ਪੁੱਤਰ ਨੂੰ ਵੇਖਿਆ, ਤਬੀਅਤ ਖਰਾਬ ਹੋ ਗਈ, ਤੁਹਾਨੂੰ ਚਾਹੀਦਾ ਘਰੇ ਆ ਜਾ। ਤੁਸੀਂ ਉੱਥੇ ਪਏ ਹੋਏ ਕਿ ਹਾਂ ਮਾਸੀ ਕੋ ਰੁਕ ਜਾ, ਮਾਸੀ ਕੋ ਰੁਕ ਜਾ, ਆਉਣ ਨੀ ਸੀ ਦਿੰਦੀ, ਹਜੇ ਵੀ ਨੀ ਸੀ ਆਉਣ ਦਿੰਦੀ। ਕੱਲ ਮੈਂ ਕਿਹਾ ਹੁਣ ਮੇਰਾ ਮੁੰਡਾ ਲੜਦਾ ਪਿਆ, ਐਵੇਂ ਮੇਰੇ ਘਰ ਚ ਕਲੇਸ਼ ਹੋ ਜਾਏਗਾ, ਮੈਨੂੰ ਜਾਣ ਦਿਓ ਭਾਈ। ਚਲੋ ਠੀਕ ਆ, ਜੇ ਉੱਥੇ ਜਾਣਾ ਵਾ ਪਰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਹੋਣਾ। ਤੂੰ ਨਹੀਂ ਸੀ ਨਾ ਹੈਗਾ ਉੱਥੇ ਮੇਰਾ ਧਿਆਨ ਰੱਖਣ ਵਾਸਤੇ,
चलो कोई नी हुण तुसीं आ गए ना हुण मैं फ्रूट वगैरा लैंदे आ तां हुण अपनी सेहत दा ध्यान रखो हुण तां मैं वैसे ठीक हो जाणा मैं तैनूं वेख लिया ठीक आ नाले इक आज ही वेखो पहले मैं पहले तू मेरी मेरी गल सुन ठीक ठाक है ना तू हां हां मैनूं क्यों ना पिछों की लड़ाई लड़ूई ते नहीं ना होई दोनों जने लड़े ते नहीं आपस च नहीं नहीं मम्मी कुछ नहीं आया ठीक रहा सब कुछ सच सच बोली लै मम्मी तुहानूं दसना होर किहनूं दसना मैं कुछ भी नहीं आया तुसीं टेंशन ना लिया करो मम्मी हाथ करो गया अपना आलू पानी कि तू मेरा हाथ देख लगे यार मेरे पीछे हाथ देखना भी शुरू करता ही कवरिंग क्लास आलो मम्मी हां आमिन दा प्रॉफिट अच्छा जी ये मैं दो तीन दिन तो अपने को रखा हुआ मैंने यही हीगा कि कदों मम्मी आन ते मम्मी नु दवा मेरा बच्चा परमात्मा तेनु लंबी लंबी उम्र बख्शे हर तरक्कीया दवे मेरे बच्चे नु हमेशा हसदा ही रवे बस मम्मी जन्नत लगे मेरे बच्चे नु ढाडियां दुआवां नाल आ पर पुत्र ये चेक ते तू रिंपी नु देना चाहिदा सी तेनु ना मम्मी फिर क्या घर दे विच वड्डा कौन आ अहीं थल्ले बच्चे आ सारी चीज दी समझ तानू आ नहीं पुत्र पर उन्हें महसूस होएगा ना वो भी उन्हें सारा घर सामदी है तेरे नाल भी जांदी है नहीं मम्मी घर दे विच सियाणे तुसी जे ते नाले तानू जिम्मेवारियां दा साथ ज्यादा साडे नाल इस करके इत्थे ताडा हक बनदा वा नाले पैसे अहीं ताडे को ही लैणे आ बच्चे हमेशा घर दे को ही पैसे लैंदे आ रिंपी तो हुण आई है साडे विच तुसीं ते शुरू तो सानू किन्नियां कठिनाइयां विच पा लिया वा ये तो मैं ही जानदा ना इस करके असली हकदार दे तुसी हो नहीं मेरे बच्चे तुहाडे पिछे ते मैं जिंदी पई आ जे तुसी खुश हो ते मैं खुश आ तुसी छोटे छोटे सी तुहानू किवें पालिया मैं बड़े मुश्किलां नाल बड़े हालां नाल कोई नहीं सी जानदा उदों सानू वी असी की चीज आ अज तू वड्डा होया काबिल बनिया तेरे कोल चार पैसे ने ते सानू हर कोई पुछण लग पए ने पुत जदों साडे कोल कुछ नहीं सी ना उदों सानू कोई वी नहीं सी पुछदा हुंदा भी तुसी रोटी खाधी कि नहीं खाधी तुसी किवें रहिंदे पए जे इह सब रिश्तेदार पैसे पिछे पुत वरतदे हुंदे ने कोई उह दिन नहीं वेखदा हुंदा इह वी शुक्र है परमात्मा दा मेरा पुत इन्ना कोई लायक निकलिया इन्ना कोई चंगा निकलिया जिन्हें सारा घर बार सांभ लिया सारा कुछ सांभ लिया वाहिगुरु एवें दा पुत्र सब नूं दवे मैं तां कहिंदी सच्चे पातशाह घर घर एवें दे पुत्र होण जिहड़े हर इक अपनी मावां नूं एवें प्यार करन बच्चा चलो मम्मी ते देर ना छोटा करो मेरा बच्चा सही लिख पड़ गल सुन खुश जा तू ठीक है अच्छा यार सुन हां दस इत्थे क्यों बुलाए क्यों बुलाया तानू भी पता वा अंदर आ सब की सी की सब की दो तीन दिन हो गए मैं शाम के बैठा की गल मेरे ते विश्वास नहीं ओहो यार एदे विच विश्वास दी गल किथों आ गई तैनू शुरू तो पता वा मेरे को जो भी प्रॉफिट हुंदा मैं सारा मम्मी नू देना वा ते मेनू नहीं फड़ा सकदे सी मैं भी घर दी कुछ लगदी आ मेरा भी हक है ते यार तैनू कदों आपां मना कीता वा तैनू जो चीज चाहिदी मम्मी को पैसे लै मम्मा ने कदे तैनू मना कीता वा किसे चीज तों नहीं मैं मम्मी तों कवांगा यार तैनू कदों पैसे नहीं दित्ते ਪੇਟੀਆਂ ਵਿੱਚ ਰੱਖ ਲਾ ਕੇ ਦਿੱਤਾ ਜਦੋਂ ਤੈਨੂੰ ਕਿਤੇ ਲੋੜ ਹੋਵੇ ਤੇ ਯੂਜ਼ ਨਹੀਂ ਕਰਦੀ ਉਹ ਤੁਹਾਡੇ ਫਰਜ਼ ਆ ਉਹਦੀ ਨਿਭਾਣੇ ਵਾ ਤੁਹਾਡੇ ਕੋਲ ਨਹੀਂ ਮੰਗਣਾ ਮੈਂ ਹੋਰ ਕਿਹ ਕੋ ਮੰਗਣਾ ਵਾ ਯਾਰ ਉਹ ਵੀ ਸਭ ਤੇ ਤੈਨੂੰ ਮੈਂ ਦੇਣਾ ਹੀ ਆ ਤੈਨੂੰ ਮੈਂ ਇੰਨਾ ਹੀ ਕਿਹਾ ਜੇ ਤੈਨੂੰ ਕੋਈ ਪੈਸੇ ਦੀ ਲੋੜ ਆ ਤੂੰ ਮੰਮੀ ਕੋ ਲੈ ਲਿਆ ਕਰ ਤੇ ਮੰਮੀ ਨਾਲੇ ਤੈਨੂੰ ਘਰ ਵਿੱਚ ਕੋਈ ਕਿਸੇ ਚੀਜ਼ ਤੋਂ ਮਨਾ ਕਰਦੇ ਨਹੀਂ ਤੇ ਮੰਮੀ ਕੋ ਕਵਾਂਗਾ ਮੈਂ ਤੁਹਾਡੇ ਕੋ ਮੰਗਣੀ ਵਾ ਯਾਰ ਵੇਖ ਸ਼ੁਰੂ ਤੋਂ ਸਾਨੂੰ ਪਤਾ ਵਾ ਸਾਡੀ ਮੰਮੀ ਨੇ ਸਾਨੂੰ ਕਿਵੇਂ ਪਾਲਿਆ ਵਾ ਪਾਪਾ ਸਾਡੇ ਸਿਰ ਤੇ ਨਹੀਂ ਸੀ ਸ਼ੁਰੂ ਤੋਂ ਇੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਕੇ ਨਾ ਮੰਮੀ ਨੇ ਸਾਨੂੰ ਪਾ ਲਿਆ ਵਾ ਚਲੋ ਆ ਸਭ ਠੀਕ ਆ ਮੇਰੀ ਤਨਖਾਹ ਦੋ ਫਿਰ ਲੈ ਤਨਖਾਹ ਲਈ ਕਿਹੜੀ ਗੱਲ ਕਰਨੀ ਆ ਇਸ ਘਰ ਦੀ ਮਾਲਕਣ ਆ ਤੂੰ ਤੈਨੂੰ ਕਿਸੇ ਚੀਜ਼ ਦੀ ਥੋੜ ਆ ਕੇਸ ਹੋ ਮੇਰਾ ਇੱਥੇ ਜਦੋਂ ਮੈਂ ਪੈਸੇ ਮੰਗਾ ਉਦੋਂ ਬੋਲਣਾ ਸ਼ੁਰੂ ਹੋ ਜਾਂਦੇ ਜੇ ਮੈਂ ਕਿਤੇ ਬਾਹਰ ਵੀ ਕੰਮ ਕਰਦੀ ਨੂੰ ਉੱਥੋਂ ਮੈਨੂੰ 20-25 ਹਜ਼ਾਰ ਮਿਲਣਾ ਸੀ ਨਾ ਮੈਂ ਕਦੋਂ ਪਾਉਣ ਲੱਗ ਪਈ ਕੀ ਹੋਇਆ ਇਹ ਕਦੀ ਲਾਰਾ ਲਾਰਾ ਲਾ ਕੇ ਪੈ ਗਿਆ ਹੁਣ ਤੂੰ ਹੁੰਦਾ ਇੱਥੋਂ ਗਿਆ ਚੰਗਾ ਭਲਾ ਦੋਵੇਂ ਸਹੀ ਇਸ ਨਾਮ ਉਸ ਨੇ ਸ਼ੋਰ ਕਾਹਦਾ ਹੁੰਦਾ ਪਿਆ ਬਾਹਰ
मैं वेखा ते सही ए ते किन सब सब ठीक ठाक रहे पिछो मोल चाल की हो गया यार ये कड़ियां गल्ला लेके बैगी तू एदा मैं भी कमा सारा दिन मैं ऑफिस में काम करदा मेनू भी तनखा दो फिर ओ तड़ फर्ज काम करना तुसी मैं ते घर दा भी करदी ऑफिस दा भी करदी पई हां अब की नेरी आ गई है फिर इन्हां ने पूछो केड़ी नेरी आई है मैं ते दोनों दी भी लगदी है की होया हुन साहिल मम्मी ये चाहती है ये कहती है कि मैं तेरी घर वाली हाँ हूं तू जिन्ने पैसे हैं मम्मी उन्होंने दे मेरे हाथ लिया के दे तेरे से कोई बुरी गल भी नहीं है दिया कर सारा वो हाथ तो मम्मी हूं अज आ गई तो मैं तेन भूल जा इसे करके मेरे इस घर में भी उन्होंने दिल नहीं करता मेरी गल सुन और नहीं मम्मी मैं जा मेरी गल सुन के जा रिंपी तू शिकर तो पै रहा उत्तों वेखना मुंडा फिर रोटी खाते बिना पानी पानी का गिलास उन्हें जरूर एक पिता चला गया तू की चाहनी है जो मतलब की पैसा टका कमांदा सारा तेरे हाथ ही रखे मैं मड़िया च ना ले जाना जे सारा कुछ तुहाडा ही है सारा कुछ इत्थे सब कुछ तो ही मिलना है सब कुछ तो ही है मैं की करांगी पैसा मेरे किसी काम की चीज नहीं है मेरे वास्ते तुसी कीमती हो तुम्हारिया खुशियां ज्यादा जरूरी ने मेरे वास्ते मैं पैसा की करना या मैं किसी दे आना जाके मैनू पता है मेरा बच्चा बड़ा औखा कमा है मम्मी नहीं वो गल नहीं गलत ना समझी मैं कदी व्या ही आई हूं मैं तुम कभी कुछ किया बस हो ना दीदी नू देख लो की देख लो उन्हें नाम सारे प्लाट भी हो गए दुकाना भी हो गई तो फिर एवे ना मेरे मन च भी आंदा वा हाय रब्बा इत्थे ते कोई होर ही दिमाग च गल्लां पियां चलदियां ने दस नाम ते हुण नाल की हो जांदा रिंपी खर्चा करना मैं बर्थडे वैसे भी अमन कदी नहीं मनाया अपना मेरा जन्मदिन मना लगे हो तुम पता मैं अज तक कदी अपना जन्मदिन नहीं मनाया मेनू ओदा दिलो रीझ बड़ी ही कि जिस तरह सारे जन्मदिन मनाते है ना मैं भी मनावा मेरिया भी कोई रीझा करे कोई नहीं यार कितनी कर दांगे रीझा पूरी हैं साली का फोन आ रहा है कुछ हो गया ना हेलो हेलो हाँ साहिल क्या हाल है हाँ ठीक है साहब और रिंपी ठीक है रिंपी ठीक है आवाज लगन नहीं दिया कि ठीक है उस है हूं कड़ी कलों पेश होगा
ਲੈ ਤੂੰ ਉਹਨੂੰ ਸਮਝਾਉਣਾ ਹੈ ਨਾ ਕਿ ਮੈਂ ਮੰਮੀ ਜਦੋਂ ਵੱਡੇ ਘਰ ਹੈਗਾ ਤੇ ਤੈਨੂੰ ਫਿਰ ਕਮਾਉਣਾ ਜਿਹੜੀ ਲੋੜ ਹੈ ਤੂੰ ਮੰਮੀ ਕੋਲ ਲੈ ਲਿਆ ਕਰ ਮੈਂ ਉਹ ਵੀ ਤੁਹਾਨੂੰ ਬੜੇ ਪਿਆਰ ਨਾਲ ਸਮਝਾਇਆ ਵੀ ਕਿ ਉਹ ਮੰਮੀ ਵੱਡੇ ਆ ਨਾਲੇ ਤੂੰ ਵੇਖ ਮੰਮੀ ਨੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਸਾਨੂੰ ਪਾਲਿਆ ਪੋਸਿਆ ਵਾ ਤੇ ਸ਼ੁਰੂ ਤੋਂ ਹੁਣ ਮੈਂ ਮੰਮੀ ਨੂੰ ਪੈਸੇ ਦਿੰਦਾ ਰਿਹਾ ਵਾ ਹੁਣ ਤੇਰੇ ਹੁਣ ਤੋਂ ਇਹ ਮਤਲਬ ਇਹ ਥੋੜੀ ਹੈ ਕਿ ਮੈਂ ਮੰਮੀ ਨੂੰ ਭੁੱਲ ਜਾ चल कोई नहीं है हाँ कोई नहीं आने कल ही आना वा अगे ही गल करने भी आना ही घर मैं कहना मम्मी नूं मिला वांगे इन दिन बाद आए है आहो चल कोई नहीं आने गल समझाने कोई नहीं टेंशन ना लै कल आने सारी रात आई और फिर लड़ी कहना एवं नि गल फिर भी कोई टॉपिक तो दसिया ही होगा उन्हें तुम यार कोई चेक चुकता कहता है कि मैं मम्मी ਤੇ ਦੱਸ ਇਹਦੇ ਚ ਕਿਹੜੀ ਗੱਲ ਆ ਉਹ ਵੱਡੇ ਆ ਇੰਨੇ ਦਿਨਾਂ ਪਿੱਛੋਂ ਆਏ ਆ ਜੇ ਉਹਨੇ ਕੋਈ ਚੀਜ਼ ਉਹਨਾਂ ਨੂੰ ਸੰਭਾਲਣ ਨੂੰ ਦੇ ਵੀ ਦਿੱਤੀ ਆ ਤੇ ਇਹਦੇ ਚ ਕਾਹਦੀ ਲੜਾਈ ਆ ਨਾਲੇ ਉਹ ਕਹਿੰਦਾ ਮੈਂ ਮੰਮੀ ਨੂੰ ਨਾ ਦੇਣਾ ਨਹੀਂ ਚਾਹੀਦਾ ਵੱਡਿਆਂ ਨੂੰ ਕਹਿੰਦਾ ਹਰ ਵਾਰ ਮੰਮੀ ਨੂੰ ਮਰ ਜੋ ਵੀ ਪਿਆ ਤੇ ਲਾਉਂਦਾ ਮੰਮੀ ਨੂੰ ਫੜਾਉਣਾ ਵਾ ਤੇ ਉਹੀ ਕਰਦੇ ਆ ਪਤਾ ਕੀ ਆ ਵੱਡਿਆਂ ਦੇ ਹੱਥ ਚ ਫੜਾਓ ਚੀਜ਼ ਤੇ ਚਲੋ ਬਰਕਤ ਹੁੰਦੀ ਆ ਹੁੰਦੀ ਤੇ ਬਾਅਦ ਚ ਬੱਚਿਆਂ ਦੀ ਆ ਇਹ ਤੇ ਮਾਂ ਨਹੀਂ ਹੁੰਦਾ ਵਾ ਜੇ ਕੋਈ ਕਰੇ ਨਾਲੇ ਉਹ ਮੰਮੀ ਇਕੱਲੇ ਹੀ ਆ ਉਹਨਾਂ ਨੇ ਕਿਹੜਾ ਹੋਰ ਕਿਹਨੂੰ ਦੇ ਦੇਣੀ ਆ ਉਹੀ ਨਾ ਪਤਾ ਕਿੰਨੇ ਜੁੱਦਾਂ ਨਾਲ ਉਹਨਾਂ ਨੇ ਪਾਲਿਆ ਇਹਨੂੰ घंटे ਭਾਬੀ ਜੀ ਮੈਂ ਤੁਹਾਨੂੰ ਸਲਾਹ ਕਰਨੀ ਸੀ ਇੱਕ ਸਲਾਹ ਕਰਨੀ ਦੱਸੋ ਉਹ ਮੈਂ ਕਹਿੰਦਾ ਹਾਂ ਕਿ ਸ਼ਮੀ ਦਾ ਬਰਥਡੇ ਆਉਣ ਵਾਲਾ ਨਾ ਤੇ ਮੈਂ ਕਿਹਾ ਕੇਕ ਤੇ ਆਪਾਂ ਘਰ ਕੱਟਣਾ ਹੀ ਆ ਤੇ ਮੰਮੀ ਹੁਣ ਸਾਥ ਦੇ ਇਹਦੇ ਨਾਲ ਸਾਰੀ ਲਿਆਉਣਾ ਹਾਂ ਤੇ ਵਧੀਆ ਕਰ ਰਿਹਾ ਸਾਧੂ ਸਾਰੇ ਜਣੇ ਘਰ ਤਰ੍ਹਾਂ ਇਕੱਠੇ ਹੋਣਗੇ ਤੇ ਵਧੀਆ ਲੱਗੂਗਾ ਮੈਂ ਕਹੋ ਵੀ ਆ ਜਾ ਖਾ ਲਓ ਇੱਕ ਦੀਦੀ ਮੰਮੀ ਬਾਸ ਤੋਂ ਮੈਂ ਰਾਤੀ ਆ ਤੇ ਕਹਿੰਦੇ ਨਹੀਂ ਮਨਾਉਣਾ ਨਹੀਂ ਸ਼ਮੀ ਛੱਡੋ ਕਾਹਦੇ ਵਾਸਤੇ ਮਨਾਵਾਂਗੇ ਕਿ ਵਧੀਆ ਜਨਮ ਦਿਨ ਨਾਲੇ ਸਾਰੇ ਭੈਣ ਭਰਾ ਐਸੇ ਭੱਜ ਇਕੱਠੇ ਹੋ ਜਾਣਗੇ ਹਾਂਜੀ ਹਾਂਜੀ ਫਿਰ ਆਪੇ ਲੈ ਆਓ ਤੁਸੀਂ ਹਾਂਜੀ ਅੰਦਰ ਹੀ ਲੈ ਆਓ ਲੈ ਕੇ ਆਈ ਹੁਣ ਮੈਨੂੰ ਫੋਨ ਕਰ ਲੈ ਤਾਂ ਰੋਕ ਲਓ ਇਦਾਂ ਤੇ ਫਿਰ ਨਹੀਂ ਨਹੀਂ ਹੋਏ ਟੋਨ ਹਾਂ ਦੱਸ ਇੱਥੇ ਕੋ ਬੁਲਾਇਆ ਅੰਦਰ ਆ ਸਭ ਕੀ ਸੀ ਦੋ ਦਿਨ ਦਾ ਕੱਟ ਹੋ ਗਿਆ ਦੁਬਾਰਾ ਅੱਧਾ ਪੜਦੇ ਚ ਲੈ ਹੁਣ ਕਿਤਾ ਹੀ ਤਰੀ ਮੰਮੀ ਇਹ ਤੇਰੇ ਚਾਰ ਦਿਨਾਂ ਤੋਂ ਮੈਂ ਠੀਕ ਕਰਨ ਦਿਆ ਸੀ ਤੁਸੀਂ ਆਓਗੇ ਤਾਂ ਤੁਸੀਂ ਆਓਗੇ ਤਾਂ ਮੈਂ ਦਵਾਂਗੀ ਇੰਨੀ ਗੱਲ ਕਹਿੰਦੇ ਨੇ ਸ਼ਮੀ ਕੱਟ ਕਰ ਦੇਣਾ ਕੱਟ ਕਰਨ ਤੋਂ ਬਾਅਦ ਰਿੰਪੀ ਦੇ ਅਲੱਗ ਆਪਾਂ ਲੈਣੇ ਟੇਕ ਠੀਕ ਹੈ ਇਹ ਚੀਜ਼ ਰੱਖਣੀ ਆ ਆਹੋ ਸੀਰੀਅਸ ਜਿੱਦਾਂ ਦਾ ਮੂੰਹ ਬਣਾਉਂਦੀ ਉਹ ਚੀਜ਼ ਲੈਣੀ ਆ ਉਹ ਚੀਜ਼ ਲੈਣੀ ਚਲੋ ਦੁਬਾਰਾ ਕੱਢਣਾ ਚਾਹੀਦਾ ਰਿੰਪੀ ਮੰਮੀ ਕਿੱਥੇ ਆ जरा कमन भाई ने फोन करना नाले उन्होंने चल जाते नहीं पता नहीं कोई स्टाफ किसी ने कुछ किया नहीं कुछ किया
ਹੋਰ ਰਿੰਪੀ ਪਿੱਛੋਂ ਕੋਈ ਆਇਆ ਗਿਆ ਨਹੀਂ ਮੰਮੀ ਕਿੰਨੇ ਆਣਾ ਪਰ ਔਖਾ ਬੜਾ ਰਿਹਾ ਤੁਹਾਡੇ ਪਿੱਛੋਂ ਸਾਰਾ ਕਿੰਨੇ ਆਣਾ ਮਾਣਾ ਉਹ ਹੀ ਰਹਿਣਾ ਸੀ ਤੁਹਾਡਾ ਇੱਕ ਮਿੰਟ ਠੀਕ ਆ ਚਲੋ ਸਾਈਨ ਨਾ ਲੈਣਾ ਮੇਰੇ ਨਾ ਨਾ ਜੀ ਬੈਠੀ ਆਪਾਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਬਹਿ ਗਈ ਇੱਥੇ ਆ ਕੇ ਚਲੋ ਕੀ ਕਰੀ ਆ ਬੱਚੇ ਆ ਰਹੇ ਨੇ ਵਿੱਚ ਦਲੇ ਹਾਂ ਸ਼ਮੀ ਬੱਚੇ ਲਾਈਟ ਆਨ ਸ਼ਮੀ ਲਾਈਟ ਵੀ ਕਹਿੰਦੇ ਜੀ ਲੇਟ ਆਣੀ ਜੀ ਕਹਿੰਦੇ ਬਿਸਨਸ ਬਾਹਰ ਬੰਦੇ ਖੜੇ ਕਿ ਅਸਾਂ ਦੀ ਲਾਈਟ ਲੇਟ ਆਣੀ ਕਰ ਲੋ ਸੀਨ ਸੈੱਟ।